ਦੇਨ ਨੂੰ ਇਹ ਸਮਝਿਆ ਜਾਂਦਾ ਹੈਗਾ ਕਿ ਜਿਹੜੀ ਲੇਡੀਜ਼ ਔਰਤਾਂ ਦੀ ਹੈਗੇ ਵੀ ਕਚੈਰੀ ਹੁੰਦੀ ਹੈਗੀ ਆ ਵੀ ਆਪਣੇ ਮਾਨ ਦੇ ਗੁਬਾਰ ਵੀ ਕੱਟਦੀਆਂ ਹੈਗੀਆਂ ਹਾਂਜੀ ਹਾਂਜੀ ਉਹਦੇ ਨਾਲ ਤੁਸੀਂ ਕਿੰਨੇ ਕਿ ਸੰਤ ਹੈਗੇ ਜਾਂ ਕਿੰਨਾ ਕਿ ਤੁਸੀਂ ਇਸ ਸੀਜ਼ਨ ਨੂੰ ਮੈਂ ਮਹਿਸੂਸ ਕੀਤਾ ਹੈਗਾ ਕਿ ਬਾਕੀ ਇਹ ਜਨਾਨੀਆਂ ਜਿਹੜੀਆਂ ਘਰ-ਗੱਲ ਨਹੀਂ ਕਰ ਸਕਦੀਆਂ ਕਿ ਕਿੱਥੇ ਚ ਵੇਖ ਖੁੱਲ ਕੇ ਕਰਦੀਆਂ ਸੱਚ ਤਾਂ ਹੈ ਹੀ ਆ ਪਾ ਜੀ ਛੋਟੇ ਹੁੰਦਿਆਂ ਤੋਂ ਆਪਣੇ ਘਰਾਂ 'ਚ ਦੇਖਿਆ ਹੁਣ ਤਾਂ ਜਿੱਦਾਂ ਗਿੱਧਾ ਉੱਦਾਂ ਵਾਲਾ ਗਿੱਧਾ ਰਹਿ ਨਹੀਂ ਗਿਆ ਵੀ ਰਲ ਕੇ ਪਾਇਆ ਜਾਂਦਾ ਸਾਰੇ ਬਿਜ਼ੀ ਨੇ ਜਦੋਂ ਜਿੱਥੋਂ ਕਿੱਦਾਂ originate ਹੋਇਆ ਸੀ ਸ਼ੁਰੂ ਹੋਇਆ ਸੀ ਉਹ ਵਾਕਈ ਇੱਦਾਂ ਹੋਇਆ ਸੀ ਜਦੋਂ ਸਾਡੀਆਂ ਦਾਦੀਆਂ ਨਾਨੀਆਂ ਚਾਚੀਆਂ ਤਾਈਆਂ ਪਿੰਡਾਂ 'ਚ ਰਲ ਕੇ ਜਦੋਂ ਉਹਨਾਂ ਕੋਲੇ ਫ੍ਰੀ ਟਾਈਮ ਹੁੰਦਾ ਬੈ ਕੇ ਉਹਨਾਂ ਦਾ ਸਾਧਨ ਹੀ enjoyment ਦਾ ਹੁੰਦਾ ਸੀ ਤੇ ਰਲ ਕੇ ਜਿਹੜੀ ਵੀ ਚੁਗਲੀ ਕਰਨੀ ਉਹਨੂੰ ਗਿੱਧੇ ਦੇ ਰਾਹੀਂ गा ਕੇ ਹੀ ਕਰਦੇ ਨੇ ਤੇ ਉਹਦੇ ਵਿੱਚ ਜੇਠ ਤੇ ਵੀ ਬੋਲੀਆਂ ਪਾਈਆਂ ਜਾਂਦੀਆਂ ਸੱਸਾਂ ਤੇ ਵੀ ਭੈਣਾਂ ਤੇ ਵੀ ਹਸਬੰਦ ਤੇ ਵੀ ਨੇਮ ਇਟ ਹਰੇਕ ਰਿਸ਼ਤੇ ਤੇ ਬੋਲੀ ਪਾ ਕੇ ਆਪਣੇ ਮੰਦਗੁਬਾਰ ਕੱਟਦੇ ਮੰਦਗੁਬਾਰ ਨੱਚ ਟੱਪ ਕੇ ਕੱਟੇ ਜਾਂਦੇ ਸੀ ਤੇ ਇਹ ਸਭ ਤੋਂ ਵੱਡੀ ਲਰਨਿੰਗ ਆਹੀ ਜਿੱਦਾਂ ਆਪਾਂ ਗੱਲ ਪਹਿਲਾਂ ਸ਼ੁਰੂ ਕੀਤੀ ਸੀ ਵੀ ਸਟ੍ਰੈਸ ਰੇਕ ਦੀ ਲਾਈਫ ਚ ਉਹਨੂੰ ਮੈਨੇਜ ਕਿਵੇਂ ਕਰਨਾ ਉਹ ਆਪਣੇ ਹੱਥ ਚ ਹੈ ਆਈ ਥਿੰਕ ਗਿੱਧਾ ਬਹੁਤ ਵੱਡੀ ਇੱਕ ਐਗਜ਼ਾਮਪਲ ਹੈ ਕਿ ਪ੍ਰਾਣਿਆਂ ਨੂੰ ਦੇਖਿਆ ਜਾਵੇ ਗਿੱਧੇ ਚ ਚੁਗਲੀਆਂ ਹੀ ਨੇ ਕਈਆਂ ਚ ਪਿਆਰ ਹੈ ਆਪਣੇ ਹਸਬੰਦ ਦੇ ਲਈ ਬੋਲੀਆਂ ਚ ਪਿਆਰ ਦਿੱਤਾ ਜਾਂਦਾ ਹੈ ਮਾਂ ਦੇ ਲਈ ਪਿਆਰ ਭੈਣ ਦੇ ਲਈ ਪਿਆਰ ਜੇ ਉਹਨਾਂ ਦੇ ਲਈ ਕੋਈ ਗਲਤ ਗੱਲਾਂ ਜਿਉਂ ਇਹ ਦੋਨੋਂ ਚੀਜ਼ ਨਹੀਂ ਹੈਗੀ ਦੋਨੋਂ ਬਾਹਰ ਹੀ ਘਟਨਾ ਤਾਂ ਪਿਆਰ ਵੀ ਸ਼ੋਕਾ ਲੱਗਦਾ ਤੇ ਬੋਲੀ ਨਹੀਂ ਬਿਲਕੁਲ ਇਹ ਕਿੰਦਾ ਬਹੁਤ ਹੀ ਸੋਹਣਾ ਜਰੀਆ ਸੀ ਇੱਕ ਨੱਚ ਟੱਪ ਕੇ ਆਪਣੇ ਹਾਫ ਭਾਵ ਪਰ ਆਪਣੇ ਪ੍ਰਗਟਾਣਾ ਪਰਟਾਉਂਦਾ